ਤੇ ਸਰਕਾਰ ਵੱਲੋਂ ਜੀ ਜਿਹੜਾ ਇਸ ਸਾਲ ਹੈ ਦਾਖਲੇ ਪ੍ਰਤੀ ਬਹੁਤ ਜ਼ਿਆਦਾ ਸਕੂਲਾਂ ਦੇ ਵਿੱਚ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਤੇ ਇਸ ਬਾਰੇ ਜਿਹੜਾ ਹੈਗਾ ਪਿਛਲੇ ਦਿਨੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਿੱਖਿਆ ਮੰਤਰੀ ਜੀ ਨੇ ਖੁਦ ਆਪ ਦਿਲਚਸਪੀ ਲੈਂਦੇ ਹੋਏ ਸਕੂਲਾਂ ਦੇ ਵਿੱਚ ਦਾਖਲਾ ਵਧਾਉਣ ਲਈ ਜਿਹੜੀ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਸਕੂਲਾਂ ਨੂੰ। ਇਸ ਸੰਬੰਧੀ ਆ ਪਿਛਲੇ ਦਿਨੀ 1 ਲੱਖ ਇੱਕ ਦਿਨ ਦੇ ਵਿੱਚ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲਾ ਕਰਨ ਦਾ ਟੀਚਾ ਰੱਖਿਆ ਗਿਆ ਸੀ, ਜਿਹੜਾ ਕਿ ਇੱਕ ਦਿਨ ਵਿੱਚ ਹੀ 1 ਲੱਖ ਤੋਂ ਰਿਕਾਰਡ ਦਰਜ ਕਰਕੇ ਬੱਚਿਆਂ ਨੂੰ ਇੱਕੋ ਦਿਨ ਸਕੂਲ ਵਿੱਚ ਦਾਖਲ ਕੀਤਾ ਗਿਆ। ਸੁਲਤਾਨਪੁਰ ਲੋਧ ਦੀ ਗੱਲ ਕਰੀਏ ਤੇ ਕੀ ਰੁਝਾਨ? ਬਹੁਤ ਵਧੀਆ ਜੀ, ਜਿਹੜੇ ਅਧਿਆਪਕ ਨੇ ਬੜੇ ਉਤਸ਼ਾਹ ਦੇ ਨਾਲ ਜਿਹੜਾ ਹੈਗਾ ਸਿੱਖਿਆ ਮੰਤਰੀ ਜੀ ਦੇ ਆਦੇਸ਼ਾਂ ਅਨੁਸਾਰ ਦਾਖਲਾ ਵਧਾਉਣ ਵਾਸਤੇ ਯਤਨ ਕਰ ਰਹੇ ਹੈ। ਇਸ ਸੰਬੰਧੀ ਜਿਹੜਾ ਹੈਗਾ ਡੋਰ ਟੂ ਡੋਰ ਕੰਪੇਨ ਕੀਤੀ ਜਾ ਰਹੀ ਹੈ, ਬੱਚਿਆਂ ਦੇ ਮਾਪਿਆਂ ਤੱਕ ਰਾਬਤਾ ਕੀਤਾ ਜਾ ਰਿਹਾ ਹੈ। ਤੇ ਜਿਹੜਾ ਹੈਗਾ ਜਿਹੜੀ ਆ ਪਬਲਿਕ ਥਾਵਾਂ ਤੇ ਬੂਥ ਲਗਾ ਕੇ ਜਿਹੜਾ ਉਹਨਾਂ ਨੂੰ ਸੈਂਸੀਟਾਈਜ਼ ਕੀਤਾ ਜਾ ਰਿਹਾ ਜੀ, ਸਾਰੇ ਪੇਰੈਂਟਸ ਤੇ ਜਿਹੜੇ ਆਮ ਲੋਕਾਂ ਨੂੰ। ਜੇਕਰ ਗੱਲ ਕਰੀਏ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਆਂਕੜਿਆਂ ਦੀ ਤੇ ਕੀ ਨਜ਼ਰ ਆ ਰਿਹਾ ਹੈ ਕਿ ਵਧਣਗੇ ਜਾਂ ਘਟਣਗੇ, ਕੀਤਾ ਜਾਊਗਾ? ਜੀ ਸਰ, ਬਿਲਕੁਲ ਵਧਣਗੇ। ਜਿਸ ਤਰ੍ਹਾਂ ਕਿ ਸਿੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ ਆਪਣਾ ਟੀਚਾ ਪਿਛਲੇ ਸਾਲ ਨਾਲੋਂ 10% ਵਾਧੇ ਦਾ ਦਰਜ ਕਰਨ ਦਾ ਜਿਹੜਾ ਆਪਣਾ ਟੀਚਾ ਮਿੱਥਿਆ ਗਿਆ ਜੀ, ਤੇ ਜਿਹੜਾ ਹੈਗਾ ਅਧਿਆਪਕ ਵੀ ਇਸ ਨੂੰ ਇੱਕ ਚੁਣੌਤੀ ਦੀ ਤਰ੍ਹਾਂ ਲੈ ਰਹੇ ਨੇ, ਤੇ ਵੱਧ ਤੋਂ ਵੱਧ ਜਿਹੜਾ ਹੈਗਾ ਉਮੀਦ ਹੈ ਜੀ ਇਹ ਟੀਚਾ ਜਲਦੀ ਹਾਸਲ ਕਰ ਲਿਆ ਜਾਏਗਾ। ਕੀ ਅਪੀਲ ਕਰਨਾ ਚਾਹੋਗੇ ਜਿਹੜੇ ਮਾਪੇ ਨੇ ਉਹਨਾਂ ਨੂੰ ਕਿ ਉਹ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ 'ਚ ਕਿਉਂ ਕਰਾਉਣ? ਬਾਜੀ ਅਪੀਲ ਕਰਨਾ ਚਾਹਾਂਗੇ ਮਾਪਿਆਂ ਨੂੰ ਕਿ ਜਿਹੜੇ ਆਪਣੇ ਬੱਚੇ ਆ ਉਹ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਵਧੀਆ ਤੇ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ, ਤੇ ਸਿੱਖਿਅਕ ਟੀਚਰ ਨੇ ਜਿਹੜੇ ਕਿ ਵੈਲ ਕੁਆਲੀਫਾਈਡ ਟੀਚਰ ਨੇ, ਉਹਨਾਂ ਵੱਲੋਂ ਜਿਹੜਾ ਹੈਗਾ ਬੱਚਿਆਂ ਨੂੰ ਜਿਹੜਾ ਹਰ ਤਰ੍ਹਾਂ ਦੇ ਨਾਲ ਜਿਹੜੀ ਹੈ ਵਧੀਆ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ। ਇਸ ਕਰਕੇ ਜਿਹੜੀ ਅਸੀਂ ਅਪੀਲ ਕਰਾਂਗੇ ਸਾਰੇ ਮਾਪਿਆਂ ਨੂੰ ਕਿ ਉਹ ਆਪਦੇ ਬੱਚੇ ਜਿਹੜੇ ਹੈਗੇ ਆ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ। ਮੈਂ ਬਤੌਰ ਇੰਚਾਰਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਕੰਮ ਕਰ ਰਿਹਾ। ਸਰ, ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬਹੁਤ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਨੂੰ। ਇਸੇ ਲੜੀ ਤਹਿਤ ਸਾਡੀਆਂ ਟੀਮ ਜਿਹੜੀਆਂ ਨੇ ਉਹ ਵੱਖ ਵੱਖ ਮੁਹੱਲਿਆਂ 'ਚ ਗਈਆਂ ਨੇ ਵਿਜ਼ਿਟ ਕੀਤਾ ਔਰ ਸਾਨੂੰ ਬਹੁਤ ਅੱਛਾ ਰਿਸਪੌਂਸ ਜਿਹੜਾ ਉਹ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਮਿਲਿਆ। ਹੁਣ ਤੱਕ ਲਗਭਗ ਅਸੀਂ 16 ਵਿਦਿਆਰਥੀ ਜਿਹੜੇ ਆ ਪ੍ਰਾਈਵੇਟ ਸਕੂਲਾਂ ਤੋਂ ਲੈ ਕੇ ਇਨਰੋਲ ਕਰ ਚੁੱਕੇ ਹਾਂ ਔਰ ਸਾਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਵੀ ਅੱਛਾ ਰਿਸਪੌਂਸ ਜਿਹੜਾ ਉਹ ਮਿਲੇਗਾ। ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਸਾਰੀਆਂ ਸੁਵਿਧਾਵਾਂ ਪ੍ਰਾਪਤ ਨੇ ਜਿਹੜੀਆਂ ਕਿ ਇੱਕ ਪ੍ਰਾਈਵੇਟ ਸਕੂਲ 'ਚ ਹੁੰਦੀਆਂ ਨੇ। ਮੈਂ ਤਾਂ ਕਹਾਂਗਾ ਕਿ ਉਸ ਤੋਂ ਵੀ ਕਿਤੇ ਵੱਧ ਅਵੇਲੇਬਲ ਨੇ। ਜੇਕਰ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤਾਂ ਸਾਡੇ ਕੋਲ ਹਰ ਰੂਮ ਦੇ ਵਿੱਚ ਪ੍ਰੋਜੈਕਟਰ ਅਵੇਲੇਬਲ ਆ, ਸਾਡਾ ਰੂਮ ਜਿਹੜੇ ਸਾਡੇ ਰੂਮਸ ਨੇ ਜਾਂ ਸਾਡਾ ਕੈਂਪਸ ਆ ਉਹ ਵਾਈਫਾਈ ਇਨੇਬਲਡ ਆ FTTS ਦੇ ਨਾਲ ਔਰ ਨਾਲ ਦੀ ਨਾਲ ਸਾਡੇ ਕੋਲ ਬ੍ਰੌਡਕਾਸਟਿੰਗ ਅਵੇਲੇਬਲ ਆ, ਸਾਡੀਆਂ ਲੈਬ ਦੇ ਵਿੱਚ ਬੜੀਆਂ ਅੱਛੇ ਕੰਪਿਊਟਰ ਅਵੇਲੇਬਲ ਨੇ ਔਰ ਹਰ ਉਹ ਸਹੂਲਤ ਜਿਹੜੀ ਇੱਕ ਹੋਣੀ ਚਾਹੀਦੀ ਆ ਉਹ ਅਵੇਲੇਬਲ ਹੈ। ਸੋ ਮੈਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਕਿ ਆਪਦੇ ਬੱਚਿਆਂ ਨੂੰ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਲੈ ਕੇ ਆਓ ਤਾਂ ਕਿ ਉਹਨਾਂ ਦਾ ਭਵਿੱਖ ਜਿਹੜਾ ਉਹ ਉਜਵਲ ਹੋ ਸਕੇ। ਥੈਂਕ ਯੂ। ਦਾਖਲੇ ਨੂੰ ਲੈ ਕੇ ਕੋਈ ਕਾਨੂੰਨੀ ਵਗੈਰਾ ਜਾਂ ਕੋਈ ਇਦਾਂ ਦੀ ਵੀ ਮੁਹਿੰਮ ਲਾਈ? ਹਾਂਜੀ ਸਰ, ਸਿੱਖਿਆ ਵਿਭਾਗ ਦਾ ਸਾਨੂੰ ਨਿਰਦੇਸ਼ ਦਿੱਤੇ ਗਏ ਨੇ, ਅਸੀਂ ਕਨੋਪੀ ਲਗਾ ਕੇ ਸਕੂਲ ਦੇ ਬਾਹਰ ਅਸੀਂ ਗੇਟ ਤੇ ਲਗਾਈ ਹੋਈ ਆ ਔਰ ਸਾਡੇ ਟੀਚਰ ਦੀਆਂ ਸਹਿਬਾਨ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ। ਡੇਲੀ ਇੱਕ ਟੀਚਰ ਉੱਥੇ ਬੈਠਦਾ, ਜਿਹੜੇ ਕਿਉਂਕਿ ਸਾਡਾ ਜਿਹੜਾ ਸਕੂਲ ਆ ਉਹ ਸ਼ਹਿਰ ਦੇ ਵਿੱਚ ਆ, ਜਿਹੜੇ ਪੇਰੈਂਟਸ ਜਾਂ ਹੋਰ ਰਾਹੀਗਰ ਜਾਂਦੇ ਨੇ ਅਸੀਂ ਉਹਨਾਂ ਨੂੰ ਮੋਟੀਵੇਟ ਵੀ ਕਰੀਦਾ ਵੀ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਲੈ ਕੇ ਆਓ। ਤੋ ਬਕਾਇਦਾ ਡਿਊਟੀਆਂ ਲਗਾਈਆਂ ਹੋਈਆਂ ਨੇ ਤੇ ਉਹ ਸਾਨੂੰ ਰਿਸਪੌਂਸ ਵੀ ਸਰਸਾ ਮਿਲ ਰਿਹਾ ਉਹਦਾ। ਪ੍ਰਿੰਸੀਪਲ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ, ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਸਰਕਾਰ ਨੇ ਇਸ ਵਾਰੀ 10 ਮਾਰਚ ਨੂੰ ਮੈਗਾ ਐਨਰੋਲਮੈਂਟ ਡਰਾਈਵ ਸ਼ੁਰੂ ਕੀਤਾ ਹੈ, ਉਹਦੇ ਅਧੀਨ ਜਿਹੜਾ ਸਾਨੂੰ ਬੜਾ ਵਧੀਆ ਐਡਮਿਸ਼ਨ ਸੰਬੰਧੀ ਹੁੰਗਾਰਾ ਮਿਲਿਆ ਹੈ। ਪੇਰੈਂਟਸ ਨੇ ਵੀ ਕਾਫੀ ਉਤਸੁਕਤਾ ਦਿਖਾਈ ਹੈ ਔਰ ਸਾਡੇ ਕੋਲ ਸੇਮ ਡੇ ਇੱਕ ਦਿਨ ਦੇ ਵਿੱਚ ਹੀ ਲਗਭਗ 28 ਬੱਚਿਆਂ ਨੇ ਦਾਖਲਾ ਉਸ ਦਿਨ ਕਰਵਾਇਆ ਹੈ ਸਕੂਲ ਦੇ ਵਿੱਚ ਔਰ ਇਹ ਸਾਰਾ ਕੁਝ ਦੇ ਸਕੂਲ ਦੇ ਵਿੱਚ ਜਿਹੜਾ ਸਿਸਟਮ ਨੂੰ ਦੇਖ ਕੇ ਪੇਰੈਂਟਸ ਦੇ ਵਿੱਚ ਇੱਕ ਕਹਿ ਲਓ ਮੋਟੀਵੇਸ਼ਨ ਉਹਨਾਂ ਨੂੰ ਮਿਲੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਈਏ। ਸਕੂਲ ਦੇ ਵਿੱਚ ਜਿਸ ਤਰ੍ਹਾਂ ਸਮਾਰਟ ਕਲਾਸਰੂਮ ਹੈ, ਸਮਾਰਟ ਲੈਬਸ ਹੈ, ਸਾਇੰਸ ਲੈਬਸ ਹੈ ਔਰ ਬੱਚਿਆਂ ਨੂੰ ਮੁਫਤ ਜਿਹੜੀ ਹੈ ਯੂਨੀਫਾਰਮ ਦਿੱਤੀ ਜਾਂਦੀ ਹੈ, ਖਾਣਾ ਮਿਲਦਾ ਬੱਚਿਆਂ ਨੂੰ, ਕਿਤਾਬਾਂ ਮਿਲਦੀਆਂ ਮੁਫਤ, ਇਹ ਸਾਰੀਆਂ ਸਹੂਲਤਾਂ ਨੂੰ ਦੇਖਦੇ ਹੋਏ ਜਿਹੜੇ ਪੇਰੈਂਟਸ ਹੈ ਉਹ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹਾਈ ਕਰਾਈਏ।
जिदा जिदा सरकार वालों ये जेडे स्टैप कदम उठाए गए हैं सिक्ख्या संबंधी ग्रांटा दे के स्कूल दे विच सुधार संबंधी इन्हां बारे जिदा अखबार दे विच भी खबरां लगदियां सरकार की कर रही है और स्कूल दे विच की सुधार हो रहे हैं ते ये गल्लां जद मैसेज पेरेंट्स तक पहुंचेगा तो पेरेंट्स अपने आप मतलब उन्होंने दिमाग से गल आएगी कि साडा रुझान जिहड़ा कि गवर्नमेंट स्कूल वाल होवे इस टाइम जो दाखलिया का रुझान जो है बहुत जोर शोर मापियां के बच्चों के इस दाखले वास्ते बड़ा उत्साह पाया जा रहा है। मानयोग साडे जिला सिक्ख्या अफसर सरदार जगविंदर सिंह जी ते डिप्टी जिला सिक्ख्या अफसर श्रीमती नंदा जी ये जिहड़े हैगे आ विशेष योगदान कर रहे हैं। जिन्नियां भी समुचियां टीमां अपने जिला कपूरथले दे विच पंजाब दे अंदर ये समुचियां टीमां जिहड़ियां हैगियां पिंड पिंड घर घर जाके असीं जिहड़े बच्चों नूं दाखल कर रहे हैं। इस साल जिहड़ा हैगा सरकार जिहड़ी आ नवीं जिहड़ियां स्टैप चुक्कण जा रही आ उस करके ये हेठां पब्लिक दे विच ते टीचरां दे विच सारयां दे विच बड़ा उत्साह पाया जा रहा कि आने वाले जिहड़े साल दे सालां दे विच सरकार कुछ नवां सिक्ख्या दे विच करन जा रही आ जिस तहत जिहड़ा हैगा सिक्ख्या दा तां जिहड़ा बेस जिहड़ा ढांचा है उहनूं मजबूत करन वास्ते जिहड़ी सरकार आ मेरे ख्याल एक वधिया उपराला आ क्योंकि ये जिहड़ा प्राइमरी लेवल तों लै के उच्च पदरी जिहड़ी सिक्ख्या आ उहदे वल विशेष ध्यान दिता जाए जेकर देश नूं उन्नती दे राह ते तोरना है सब तो पहला ये बच्चे का जिहड़ा हैगा डिवेलपमेंट होनी चाहिए आ इस करके असीं सोचते हाँ कि सरकार ने जिहड़ा ये कदम चुकया आ ते विशेषकर एजुकेशन वाले ध्यान देना शुरू किया है ये बहुत वधिया उपराला है। पिछले साल के मुकाबले इस साल की रुझान ने जिहड़े सरकारी स्कूलों में दाखले लै हाँ जी पिछले साल के मुकाबले इस साल जिहड़ा हैगा जदों के जिवें कि आपां जाणदे आ सरकार ने अपनी प्राप्तियां दे विच जां अपने मैनीफेस्टो दे विच पहलां दस्सिया सी कि जिहड़े स्कूली ढांचे नूं मेन जिहड़ा हैगा उपर प्रफुल्लित किया जाऊगा जिन्नियां बुनियादी लोड़ां आ उह स्कूलां दे विच प्रोवाइड कीतियां जाणगियां। इस साल बजट दे विच सरकार ने उस प्रति जिहड़ा हैगा रुझान भी दिखाए आ ते जिस प्रति स्कूलां वास्ते जिहड़ा बजट भी रखा गया आ इस करके टीचरां दे विच उत्साह आ इस करके कि ये जिहड़ा हैगा खास जिहड़ियां साडियां सहूलतां टीचर आ मेन जिहड़ियां चीज़ां जिहड़े टीचर आ दी घाट आ उह स्कूलां दे विच पूरी सरकार करेगी तां ही जिहड़ा इहनां दा जिहड़ा हैगा ये आपां टीचर जिहड़े पूरे कीते जा सकदे बच्चों के।